ਤੁਸੀਂ ਵੇਖ ਰਹੇ ਹੋ ਲਿਬਰਟੀ ਟੀਵੀ ਮੁੱਦਾ ਅੱਜ ਦਾ ਪ੍ਰੋਗਰਾਮਸ ਤੁਹਾਡਾ ਸਵਾਗਤ ਹੈ ਜੀ ਪੰਜਾਬ ਪੰਜਾਬ ਦੇ ਹਜ਼ਾਰ ਤੋਂ ਵੱਧ ਪਿੰਡ 13 ਤੋਂ ਵੱਧ ਜ਼ਿਲ੍ਹੇ ਤੇ ਉਹਨਾਂ ਪਿੰਡਾਂ ਦੇ ਵਿੱਚ ਅਜੇ ਵੀ ਪਾਣੀ ਦੀ ਮਾਰ ਦਾ ਅਸਰ ਸ਼ਹਿਰਾਂ ਕਸਬਿਆਂ ਦੇ ਵਿੱਚ ਪਾਣੀ ਦੀ ਮਾਰ ਦਾ ਅਸਰ ਤੇ ਉਸ ਮਾਰ ਦੇ ਅਸਰ ਦੇ ਵਿੱਚ ਵੀ ਪਿੰਡਾਂ ਦੇ ਲੋਕ ਜਿਨ੍ਹਾਂ ਦੀਆਂ ਫਸਲਾਂ ਉੱਜੜੀਆਂ ਜਿਨ੍ਹਾਂ ਦੇ ਘਰਾਂ 'ਚ ਪਾਣੀ ਵੜਿਆ ਉਹ ਟਰੈਕਟਰ ਟਰੈਲੀਆਂ ਲੈ ਕੇ ਰਾਸ਼ਨ ਵੰਡ ਰਹੇ ਨੇ ਪਰਸ਼ਾਦਾ ਵੰਡ ਰਹੇ ਨੇ ਦੁੱਧ ਪਾਣੀ ਵੰਡ ਰਹੇ ਨੇ ਤੇ ਘਰਾਂ ਦੇ ਵਿੱਚੋਂ ਲੋਕਾਂ ਨੂੰ ਕੱਢ ਕੇ ਲਿਆਉਣ ਚ ਉਹਨਾਂ ਨੇ ਵੱਡੀ ਭੁਮਕਾ ਨਿਭਾਈ। ਇਹ ਸਾਰੇ ਵਰਤਾਰੇ ਦੇ ਵਿੱਚ ਇਸ ਪਹਿਲੂ ਤੇ ਇੱਕ ਵਾਰ ਫਿਰ ਚਰਚਾ ਹੋਣੀ ਬਣਦੀ ਹੈ ਕਿ ਇਹ ਸਾਰਾ ਕਾਰਨ ਵਾਪਰਿਆ ਕਿਉਂ? ਇਹ ਸਾਰੇ ਦੇ ਪਿੱਛੇ ਕਾਰਨ ਕੀ ਹੈ? ਕਿ ਕੀ ਇੰਨਾ ਮੀਂਹ ਪਿਆ? ਕੀ ਇੰਨਾ ਉੱਪਰੋਂ ਪਹਾੜਾਂ ਚੋਂ ਪਾਣੀ ਆ ਗਿਆ? ਜਾਂ ਕੀ ਸਾਡਾ ਡਰੇਨ ਸਿਸਟਮ ਹੁਣ ਠੀਕ ਨਹੀਂ ਰਿਹਾ? ਕੀ ਅਸੀਂ ਪਾਣੀ ਦੀ ਨਿਕਾਸੀ ਦਾ ਸਹੀ ਪ੍ਰਬੰਧ ਨਹੀਂ ਕਰ पाए ਉਹਦੇ ਲਈ ਪਹਿਲੀਆਂ ਸਰਕਾਰਾਂ ਕਿੰਨੀਆਂ ਜ਼ਿੰਮੇਵਾਰ ਮੌਜੂਦਾ ਸਰਕਾਰ ਕਿੰਨੀ ਜ਼ਿੰਮੇਵਾਰ ਇਹ ਸਾਰੀ ਗੱਲ ਤੇ ਗੌਰ ਹੋਣੀ ਬਣਦੀ ਹੈ ਛੱਪੜ ਕੀਨੇ ਪੂਰੇ ਪਿੰਡਾਂ ਦੇ ਟੋਬੇ ਕਿਹਨੇ ਪੂਰ ਦਿੱਤੇ ਉਹਨਾਂ 'ਚ ਮਿੱਟੀ ਦੇ ਭਰਤ ਕਿਹਨੇ ਪਾ ਦਿੱਤੇ ਜਿੱਧਰੋਂ ਪਾਣੀ ਆਉਂਦਾ ਸੀ ਉਹ ਰਾਜ ਦੇ ਵਿੱਚ ਕਿਹਨੇ ਨੱਕੇ ਲਾਏ ਕਿਹਨੇ ਉਹ ਰਾਹਾਂ ਉੱਚੀਆਂ ਕੀਤਾ ਕਿਹਨੇ ਸੜਕਾਂ ਉੱਚੀਆਂ ਕਰ ਦਿੱਤੀਆਂ ਕਿੰਨੇ ਪਿੰਡਾਂ ਦੇ ਵਿੱਚੋਂ ਲੰਘਣ ਵਾਲੇ ਪਾਣੀ ਦੇ ਨਿਕਾਸੀ ਦੇ ਰਾਹ ਬੰਦ ਕਰ ਦਿੱਤੇ ਕਿਉਂ ਅਸੀਂ ਦਰਖਤ ਕਟਾ ਲਏ ਜਦੋਂ ਕਹਿੰਦੇ ਨੇ ਕਿ ਦਰਖਤ ਹੜ ਰੋਕਣ 'ਚ ਸਹਾਇ ਹੀ ਹੁੰਦੇ ਨੇ ਕਿਉਂ ਅਸੀਂ ਪਹਾੜਾਂ ਦੇ ਵਿੱਚ ਐ ਬਿਨਾ ਮਤਲਬ ਤੋਂ ਕੰਕਰੀਟ ਦੇ ਜੰਗਲ ਖੜੇ ਕੀਤੇ ਕਿਉਂ ਅਸੀਂ ਨਦੀਆਂ ਨਾਲਿਆਂ ਦੇ ਵਿੱਚ ਖਰੜ ਵਰਗਾ ਸ਼ਹਿਰ ਜਿਹੜਾ ਉਸਰਿਆ ਹੀ ਹੁਣ ਜਿਹੜਾ ਨਵਾਂ ਖਰੜ ਉਸਰਿਆ ਜਿਹੜਾ ਫਲੈਟਾਂ ਵਾਲਾ ਖਰੜ ਉਸਰਿਆ ਉਹ ਨਦੀਆਂ 'ਚ ਖੜਾ ਸੋ ਇਸ ਲਈ ਇਹ ਸਾਰੇ ਵਰਤਾਰੇ ਲਈ ਕੀ ਸਰਕਾਰ ਜ਼ਿੰਮੇਵਾਰ ਹੈ ਕੀ ਪ੍ਰਸ਼ਾਸਨ ਜ਼ਿੰਮੇਵਾਰ ਹੈ ਕੀ ਕਲੋਨੀਆਂ ਕੱਟਣ ਵਾਲੇ ਜ਼ਿੰਮੇਵਾਰ ਨੇ ਕੀ ਤੁਸੀਂ ਅਸੀਂ ਪਿੰਡਾਂ ਦੇ ਸਰਪੰਚ ਪੰਚ ਤੇ ਆਮ ਲੋਕ ਆਪਣੋਂ ਆਪਣੇ ਪੱਧਰ ਤੇ ਜ਼ਿੰਮੇਵਾਰ ਸੋ ਇੱਕ ਸੋਚਣ ਵਾਲੀ ਗੱਲ ਹੈ ਅਜੇ ਵੀ ਮੇਸ਼ਕ ਮੀਂਹ ਰੁਕਿਆ ਧੁੱਪ ਨਿਕਲੀ ਹੈ ਨਾ ਪਾਣੀ ਉਤਰਿਆ ਪਰ ਉਹਦੇ ਅਸਰ ਲੰਬੇ ਸਮੇਂ ਤੱਕ ਰਹਿਣ ਦਾ ਡਰ ਇਸ ਲਈ ਖੜਾ ਕਿਉਂਕਿ ਵੱਡੀ ਤਦਾਦ ਦੇ ਵਿੱਚ ਪਸ਼ੂ ਮਰੇ ਜਾਨਵਰ ਮਰੇ ਤੇ ਉਹਨਾਂ ਤੋਂ ਬਾਅਦ ਬਿਮਾਰੀ ਫੈਲਣ ਦਾ ਡਰ ਫਿਰ ਉਹ ਜਿਹੋ ਜਿਹਾ ਉਹ ਸੀਵਰੇਜ ਵਾਲਾ ਪਾਣੀ ਘਰਾਂ ਚੋਂ ਹੋ ਕੇ ਲੰਘਿਆ ਇਹਨਾਂ ਉਹ ਸਾਰੇ ਦਾ ਅਸਰ ਕਿ ਬਿਮਾਰੀਆਂ ਲੱਗਣ ਦਾ ਡਰ ਚਾਹੇ ਚਮੜੀ ਰੋਗ ਨੇ ਚਾਹੇ ਹੋਰ ਤਰ੍ਹਾਂ ਦੇ ਰੋਗ ਫੈਲਣ ਦਾ ਡਰ ਤੇ ਇਹ ਸਭ ਦੇ ਦਰਮਿਆਨ ਇਹੋ ਜੇ ਘਰ ਵੀ ਨੇ ਕਿ ਜਿਨ੍ਹਾਂ ਦੇ ਵਿੱਚ ਚੁੱਲ੍ਹੇ ਤੇ ਪਕਾਉਣ ਲਈ ਕੁਝ ਨਹੀਂ ਬਚਿਆ ਢੋਲ ਦੇ ਵਿੱਚ ਪਿਆ ਕਣਕ ਅਨਾਜ ਉਹ ਸਾਰਾ ਬਰਬਾਦ ਹੋ ਗਿਆ ਜਾਂ ਫਿਰ ਜਿਕਰਿਤ ਤੱਕ ਦੇਖੇ ਤਾਂ ਕਈਆਂ ਦੇ ਕੋਲ ਵਸਾਉਣ ਲਈ ਧਰੀ ਤੇ ਉੱਪਰ ਲੈਣ ਲਈ ਖੇਸੀ ਕੰਬਲ ਸਰਾਣਾ ਤੱਕ ਨਹੀਂ ਰਿਹਾ ਸੋ ਸਾਰਿਆਂ ਚੋਂ ਲੰਘ ਰਹੇ ਦੌਰ ਦੇ ਵਿੱਚ ਅਜੇ ਵੀ ਪੰਜਾਬ ਦੇ ਲਈ ਚਿੰਤਾਈ ਹੈ ਕਿਉਂਕਿ ਇਸ ਹੜ੍ਹਾਂ ਦੇ ਪਾਣੀ ਦੀ ਮਾਰ ਹੇਠ ਹਜ਼ਾਰ ਤੋਂ ਵੱਧ ਪਿੰਡ ਆ ਸਪੈਸੇ ਦਾ 70% ਤੁਸੀਂ ਕਹਿ ਸਕਦੇ ਹੋ ਕਿ ਪੰਜਾਬ ਦੇ ਘਰਾਂ ਚੋਂ ਪਾਣੀ ਹੋ ਕੇ ਲੰਘਿਆ ਪਰ ਜਿਹੜਾ ਪੂਰੀ ਤਰ੍ਹਾਂ ਪ੍ਰਭਾਵਿਤ ਹੋਏ ਖੇਤਰ ਉਹ 13 ਜ਼ਿਲ੍ਹਿਆਂ ਦੇ ਹਜ਼ਾਰ ਦੇ ਕਰੀਬ ਪਿੰਡ ਨੇ ਤੇ ਇਹਨਾਂ ਚੋਂ ਵੀ 480 ਤੋਂ ਲੈ ਕੇ 500 ਦੇ ਕਰੀਬ ਤਾਂ ਪਿੰਡ ਜਿਹੇ ਨੇ ਜਿਹੜੇ ਇੱਕ ਤਰ੍ਹਾਂ ਨਾਲ ਬਰਬਾਦ ਹੋ ਕੇ ਰਹਿ ਗਏ ਜਿਹੜੇ ਬੜੇ ਮੁਸ਼ਕਲ ਅੜੀ ਚੋਂ ਲੰਘ ਰਹੇ ਨੇ ਉਹਨਾਂ ਦੇ ਲਈ ਸਭ ਤੋਂ ਚੁਣੌਤੀ ਵਾਲਾ ਮਸਲਾ ਇਹ ਆ ਕਿ ਉਹ ਇਸ ਤੋਂ ਕਿਵੇਂ ਨਿਕਲ ਪਰ ਅੱਗੇ ਇਹਦੇ ਨਾਲੋਂ ਵੀ ਵੱਡੀ ਦਿੱਕਤ ਇਸ ਲਈ ਖੜੀ ਆ ਕਿਉਂਕਿ ਚੇਤਾਵਨੀ ਮਿਲ ਰਹੀ ਆ ਕਿ ਪਾਣੀ ਫੇਰ ਡੈਮਾਂ ਚੋਂ ਛੱਡਿਆ ਜਾ ਸਕਦਾ ਪਤਾ ਲੱਗ ਰਿਹਾ ਹੈ ਕਿ ਜੀ ਭਾਖੜਾ ਡੈਮ ਦੇ ਵਿੱਚ 20 ਕੁ ਫੁੱਟ ਦੇ ਕਰੀਬ ਪਾਣੀ ਸੰਭਾਲਣ ਦੀ ਕੈਪੈਸਿਟੀ ਬਚੀ ਆ ਤੇ ਉਹ ਅੱਜ ਰਾਤ ਨੂੰ ਜਾਂ ਕੱਲ ਨੂੰ ਭਲਕੇ ਨੂੰ ਹੋਰ ਪਾਣੀ ਛੱਡਿਆ ਜਾ ਸਕਦਾ ਇਸੇ ਤਰ੍ਹਾਂ ਪੌਂਗ ਡੈਮ ਦੇ ਵਿੱਚ ਵੀ 35 ਤੋਂ 40 ਕੁ ਫੁੱਟ ਹੋਰ ਪਾਣੀ ਦੀ ਮਤਲਬ ਕਿ ਥਾਂ ਹੈ ਜਿਹੜਾ ਪਾਣੀ ਉਹਦੇ ਵਿੱਚ ਸਮਾਇਆ ਜਾ ਸਕਦਾ ਉਹ ਤੋਂ ਬਾਅਦ ਉਸ ਡੈਮ ਦੀ ਵੀ ਸਮਰੱਥਾ ਨਹੀਂ ਹੈ ਪਾਣੀ ਰੱਖਣ ਦੀ ਸੋ ਉੱਥੋਂ ਕਰੀਬ 20000 ਕਿਊਸਿਕ ਪਾਣੀ ਛੱਡਿਆ ਜਾ ਸਕਦਾ ਅੱਜ ਰਾਤ ਦੀ ਇਹ ਸੰਭਾਵਨਾ ਹੈਗੀ ਹੈ ਐ ਜਦੋਂ ਕਿ ਭਾਖੜਾ ਡੈਮ ਦੇ ਵਿੱਚ ਜਿਹਦੇ ਵਿੱਚ 20 ਫੁੱਟ ਬਚਿਆ ਤੇ ਉਹ ਕਹਿੰਦੇ ਜੀ ਅੱਜ ਨਹੀਂ ਤਾਂ ਕੱਲ ਨੂੰ ਉਹ ਫੇਰ ਇੰਨਾ ਵੱਧ ਜਾਣਾ ਇਸ ਲਈ ਉਹਨਾਂ ਨੂੰ ਵੀ 35000 ਕਿਊਸਿਕ ਤੱਕ ਪਾਣੀ ਛੱਡਣਾ ਪੈ ਸਕਦਾ ਸਾਗਰ ਡੈਮ ਦੀ ਵੀ ਕਹਿੰਦੇ ਜੀ ਕੈਪੈਸਿਟੀ 25 ਕੁ ਮਤਲਬ ਫੁੱਟ ਬਚੀ ਹੈ ਕਿ ਉਹ ਹੋਰ ਪਾਣੀ ਸਾਮ ਸਕਦਾ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਮੁਖੰਦਰੀ ਭਗਵੰਤ ਸਿੰਘ ਵਾਲੀ ਸਰਕਾਰ ਕਹਿੰਦੇ ਜੀ ਅਸੀਂ 33.50 ਕਰੋੜ ਰੁਪਇਆ ਰਾਹਤ ਰਾਸ਼ੀ ਵਜੋਂ ਜਾਰੀ ਕਰ ਦਿੱਤਾ ਤੇ ਰਾਹਤ ਕਾਰਮ ਜਾਰੀ ਹੈ ਬਸੇ ਐਮਐਲਏ ਵੀ ਉਹਨਾਂ ਦੇ ਦੇਖੇ ਕਈ ਸਹੀ ਮੈਨੇਜ ਸੇਵਾ ਨਵਾਉਂਦੇ ਦੇਖੇ ਤੇ ਕਈ ਸਰ ਫੋਟੋਆਂ ਖਚਾਉਂਦੇ ਵੀ ਦਿਖੇ ਫੋਟੋ ਸ਼ੈਸ਼ਨ ਨੂੰ ਲੈ ਕੇ ਵੀ ਖਾਸੀ ਚਰਚਾ ਕਿ ਭਾਈ ਫੋਟੋਆਂ ਖਚਾਉਣੇ ਆਏ ਸੀ ਜੇ ਸਰਕਾਰ ਨੇ ਸਰਕਾਰ ਵਾਲੇ ਕੰਮ ਕੀਤਾ ਹੁੰਦਾ ਤਾਂ ਇਹ ਦਿੱਕਤ ਨਾ ਆਉਂਦੀ ਜਾਂ ਪਹਿਲੀਆਂ ਸਰਕਾਰਾਂ ਦੇ ਸਮੇਂ ਵਾਲੀਆਂ ਆ ਨਜਾਇਜ਼ ਕਲੋਨੀਆਂ ਕੱਟ ਕੇ ਨਦੀਆਂ ਨਾਲਿਆਂ 'ਚ ਕਲੋਨੀਆਂ ਕੱਟ ਕੇ ਇਹ ਕੰਮ ਨਾ ਕੀਤਾ ਹੁੰਦਾ ਸ਼ਾਇਦ ਅੱਜ ਦਿਨਾਂ ਨਾਲ ਦੇਖਣੇ ਪੈਂਦੇ ਸੋ ਇਹ ਸਭ ਦੇ ਦਰਮਿਆਨ ਫਿਰ ਪ੍ਰਨੀਤ ਕੌਰ ਦੀ ਤਸਵੀਰ ਨੂੰ ਲੈ ਕੇ ਖੂਬ ਚਰਚਾ ਚੱਲੀ ਕਿ ਜੀ ਉਹ ਨਥ ਝੂੜਾ ਚੜਾਉਣ ਗਏ ਨੇ ਸੋ ਇਸ ਦੇ ਉੱਤੇ ਵੀ ਸਵਾਲ ਆਇਆ ਕਿ ਬੀਬੀ ਪ੍ਰਨੀਤ ਕੌਰ ਮੈਂਬਰ ਪਾਰਲੀਮੈਂਟਾ ਕਿ ਉਹਨੇ ਸਪੈਨਿਆ ਦੇ ਪ੍ਰਬੰਧਨ ਦਾ ਜਾਇਜ਼ਾ ਲਿਆ ਸੀ ਕਿ ਉਹਨੇ ਨਦੀਆਂ ਨਾਲਿਆਂ ਦੇ ਵਿੱਚੋਂ ਜਿਹੜਾ ਗਾਂਦ ਕੱਢਣੀ ਆ ਇਹਨਾਂ ਕੂੜਾ ਕਰਕਟ ਕੱਢਣਾ ਸੀਵਰੇਜ ਸਿਸਟਮ ਸਾਫ਼ ਕਰਨਾ ਕਿਉਂ ਜਿਹੜੀ ਅਫਸਰਾਂ ਅਧਿਕਾਰੀਆਂ ਨੂੰ ਪੁੱਛਿਆ ਸੀ ਜਾਂ ਫਿਰ ਆ ਚੂੜਾ ਚੜਾਉਣ ਵਾਲੀ ਰਸਮ ਧਾਰਮਿਕ ਰਸਮ ਹੈ ਜੀ ਠੀਕ ਹੈ ਜੇਕਰ ਲੱਗਦਾ ਆਪਾਂ ਉਹਦੇ ਉੱਪਰ ਸਵਾਲ ਨਹੀਂ ਕਰਦੇ ਪਰ ਜੇਕਰ ਇਸੇ ਨਾਲ ਰੁਕਦਾ ਇਹ ਮਤਲਬ ਕਿ ਵਧੀ ਹੋਈ ਨਦੀ ਤਾਂ ਉਫਾਨ ਤੇ ਆ ਰਹੀ ਨਦੀ ਉਹ ਠੰਡੀ ਹੋ ਜਾਂਦੀ ਹੈ ਸ਼ਾਂਤ ਹੋ ਜਾਂਦੀ ਹੈ ਨਤ ਚੂੜਾ ਚੜਾਉਣ ਨਾਲ ਤਾਂ ਫਿਰ ਇਹ ਨਤ ਚੂੜਾ ਪਹਿਲਾਂ ਚੜਾ ਦਿਆ ਕਰੋ ਜੀ ਤਾਂ ਕਿ ਘਟੋ ਘਟ ਨਦੀ ਉਫਾਨ ਤੇ ਆਉਣ ਤੋਂ ਪਹਿਲਾਂ ਹੀ ਸ਼ਾਂਤ ਹੋ ਕੇ ਬਗੇ ਸੋ ਇਸ ਲਈ ਫਿਰ ਜੇ ਬਾਅਦ ਵਿੱਚ ਚੜਾਉਣਾ ਹੈ ਹੜ੍ਹ ਆਉਣ ਤੋਂ ਬਾਅਦ ਮੁਸੀਬਤ ਆਉਣ ਤੋਂ ਬਾਅਦ ਵੀ ਫਿਰ ਉਹਦਾ ਕੀ ਫਾਇਦਾ ਇਹਨਾਂ ਨੂੰ ਕਹਿੰਦੇ ਪਹਿਲਾਂ ਹੀ ਇਸ ਕੰਮ ਕਰ ਲੈਂਦੇ ਸੋ ਪੰਜਾਬ ਦੇ ਹਜ਼ਾਰ ਤੋਂ ਵੱਧ ਪਿੰਡ ਇਸ ਦੀ ਪੂਰੀ ਤਰ੍ਹਾਂ ਪ੍ਰਭਾਵੇ ਠਾਏ ਨੇ ਤੇ ਪਾਣੀ ਦਾ ਖਤਰਾ ਅਜੇ ਵੀ ਹੈ ਜੀ ਅਜੇ ਵੀ ਮਤਲਬ ਜੇ ਆਪਾਂ ਗੱਲ ਕਰ ਰਹੇ ਆ ਕਿ ਪੌਂਗ ਡੈਮ ਤੋਂ 20000 ਕਿਊਸੇ ਪਾਣੀ ਅੱਜ ਰਾਤ ਨੂੰ ਛੱਡਣ ਦੀ ਸੰਭਾਵਨਾ ਹੈ ਔਰ 35000 ਕਿਊਸੇ ਪਾਣੀ ਪਾਕਟਾ ਡੈਮ ਤੋਂ ਛੱਡਣ ਦੀ ਚੇਤਾਵਨੀ ਹੁਣ ਬਕਾਇਦਾ ਤੌਰ ਤੇ ਸੂਚਨਾ ਦਿੱਤੀ ਗਈ ਹੈ ਜਿਹੜੇ ਦਰਿਆਵਾਂ ਦੇ ਆਲੇ-ਦੁਆਲੇ ਨੇ ਡੈਮ ਦੇ ਆਲੇ-ਦੁਆਲੇ ਜਿਹੜੇ ਲੋਕ ਵੱਸਦੇ ਨੇ ਕਿ ਹੁਣ ਉਹਨਾਂ ਨੂੰ ਸੂਚਨਾ ਦੇਣ ਦਾ ਕੀ ਫਾਇਦਾ ਜੀ ਉਹ ਤਾਂ ਪਹਿਲਾਂ ਹੀ ਪਹਿਲੇ ਪਾਣੀ ਦੀ ਮਾਰ ਇੰਨੀ ਚੱਲ ਚੁੱਕੇ ਨੇ ਕਿ ਉਹ ਸਾਰਾ ਕੁਝ ਬਰਬਾਦ ਹੋ ਗਿਆ ਉਥੋਂ ਕੱਢ ਕੇ ਲਿਉਣ ਕਰਾਚੂ ਸੁਰੱਖਿਅਤ ਕੱਢਣ ਦੇ ਵਿੱਚ ਚਾਹੇ ਉਹ ਸ਼੍ਰੋਮਣੀ ਕਮੇਟੀ ਦਾ ਲੰਗਰ ਪ੍ਰਸ਼ਾਦ ਦਾ ਯੋਗਦਾਨ ਹੋਵੇ ਚਾਹੇ ਖਾਲਸਾ ਏਡ ਦਾ ਯੋਗਦਾਨ ਹੋਵੇ ਜਾਂ ਫਿਰ ਪਿੰਡਾਂ ਤੇ ਲੋਕ ਆਪ ਮਾਦੇ ਟਰੈਕਟਰ ਟੈਲੀਆਂ ਲੈ ਕੇ ਨਿਕਲੇ ਛੋਟੇ ਛੋਟੇ ਸੰਗਠਨ ਨੌਜਵਾਨ ਹੈਨਾ ਪਿੰਡਾਂ ਦੇ ਬਜ਼ੁਰਗ ਆਪ ਕਲਾਕਾਰ ਤੱਕ ਮਲਕੀ ਤਰੋਣੀ ਹੋਰੀ ਜਿਵੇਂ ਅਸੀਂ ਦੇਖਿਆ ਹੈਨਾ ਉਹ ਸਾਰੇ ਨਿਕਲੇ ਤੇ ਟਰੈਕਟਰ ਟੈਲੀਆਂ ਤੇ ਲੋਕਾਂ ਨੇ ਕਟਿਆ ਔਰ ਜਿਨ੍ਹਾਂ ਨੇ ਸੇਵਾ ਨਵਾਈ ਉਹਨਾਂ ਦੀਆਂ ਤਸਵੀਰਾਂ ਵੀ ਨਹੀਂ ਹੈ ਉਹਨਾਂ ਉਹ ਵੀਡੀਓ ਬਣਾਉਣ ਨਹੀਂ ਗਏ ਸੀ ਉਹ ਸੇਵਾ ਕਰਨ ਗਏ ਸੀ ਉਹਨਾਂ ਨੇ ਸਿਰਫ ਸੇਵਾ ਕੀਤੀ ਤੇ ਜਿਨ੍ਹਾਂ ਨੇ ਵੀਡੀਓ ਬਣਾਉਣਾ ਸੀ ਉਹ ਸਿਰਫ ਵੀਡੀਓ ਬਣਾਉਣ ਚ ਲੱਗੇ ਰਹੇ ਸੋ ਉਹਨਾਂ ਲੋਕਾਂ ਦਾ ਯੋਗਦਾਨ ਹੈ ਇਹਦੇ ਵਿੱਚ ਆਰਮੀ ਤੇ ਐਨਡੀਆਰ ਦੀਆਂ ਟੀਮਾਂ ਨੂੰ ਵੀ ਐਮਪੰਗ ਕਰਨ ਲਈ ਆ ਚਲੋ ਉਹਨਾਂ ਦਾ ਵੀ ਇਹ ਵੱਡਾ ਯੋਗਦਾਨ ਹੈ ਤੇ ਹੁਣ ਸ਼ਰੋਮਣੀ ਕਮੇਟੀ ਦੀ ਇਹ ਵੀ ਕੋਸ਼ਿਸ਼ ਹੈ ਕਿ ਅਸੀਂ ਜਿਹੜੇ ਸ਼ਰਧਾਲੂ ਹਿਮਾਚਲ 'ਚ ਫਸੇ ਨੇ ਜਿੱਦਾਂ ਹੀ ਰਾਹ ਖੁੱਲਦੇ ਰੇ ਉਹ ਕਹਿੰਦੇ ਅਸੀਂ ਬੱਸਾਂ ਦਾ ਵੀ ਪ੍ਰਬੰਧ ਕੀਤਾ ਸੋ ਅਸੀਂ ਉਹਨਾਂ ਨੂੰ ਵੀ ਕੱਢ ਲਿਆਵਾਂਗੇ ਸੋ ਇੱਕ ਵਾਰ ਫੇਰ ਸਾਡੀਆਂ ਸਥਾਪਿਤ ਤਰਾਨੇ ਵੀ ਔਰ ਛੋਟੇ ਵੱਡੇ ਸੰਗਠਨਾ ਨੇ ਵੀ ਆਪਣੇ ਪੱਦਰ ਤੇ ਜਾਂ ਸਮਾਜਿਕ ਲੋਕਾਂ ਨੇ ਆਪਣਾ ਪਿੜ ਭੁੱਲ ਕੇ ਆਪਣਾ ਦਰਦ ਭੁੱਲ ਕੇ ਪਿੰਡਾਂ ਦੇ ਲੋਕਾਂ ਨੇ ਜਿਹੜਾ ਦੁੱਧ ਪਾਣੀ ਸਬਜੀ ਪ੍ਰਸ਼ਾਦੇ ਦੀ ਸੇਵਾ ਨਵਾਈਆ ਸੋ ਉਹ ਸ਼ਹਿਰ ਦੇ ਲੋਕ ਹੈਨਾ ਜਿਹੜੇ ਕਹਿੰਦੇ ਨੇ ਕਿ ਤਾਂ ਉਹੀ ਧਰਣਾ ਲਾ ਰਹੇ ਨੇ ਉਹੀ ਪ੍ਰਦਰਸ਼ਨ ਕਰਦੇ ਰਹੇ ਨੇ ਇਹ ਤਾਂ ਚਾਮਲੇ ਹੋਏ ਜੱਟ ਨੇ ਸੋ ਉਹ ਦੇਖਣ ਕੇ ਪਿੰਡਾਂ ਦੇ ਲੋਕ ਕਿੰਨੇ ਸੁਵੇਨਸ਼ੀਲ ਨੇ ਅਜੇ ਵੀ ਉਹ ਕਿਸ ਤਰ੍ਹਾਂ ਸਮਾਜ ਦੀ ਪੀੜਸਾਂ ਲੈਦੇ ਨੇ ਆਪਣੇ ਦਰਦ ਨੂੰ ਭੁਲਾ ਕੇ ਪਹਿਲਾਂ ਦੂਜਿਆਂ ਦੇ ਦਰਦ ਨੂੰ ਦੇਖਦੇ ਨੇ ਸੋ ਉਹਦੇ ਵਿੱਚ ਭਮਕਾ ਨਵਾਈ ਹੈ ਪਰ ਪਿੰਡਾਂ ਦੀ ਸਥਿਤੀ ਸ਼ਹਿਰਾਂ ਦੀ ਸਥਿਤੀ ਪੰਜਾਬ ਦੀ ਸਮੁੱਚੀ ਸਥਿਤੀ ਅਜੇ ਦੁਰਸਤ ਹੋਣ ਨੂੰ ਸਮਾਂ ਲੱਗਣਾ ਹੈ ਜਦੋਂ ਕਿ ਮੌਸਮ ਵਿਭਾਗ ਕਹਿੰਦਾ ਕਿ ਅਜੇ ਵੀ ਆਉਂਦੇ ਦਿਨਾਂ ਦੇ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਹੈ ਔਰ ਪਹਾੜਾਂ ਤੇ ਜਿਵੇਂ ਮੀਂਹ ਪੈ ਰਿਹਾ ਉਹਦੇ ਨਾਲ ਇਹ ਵੀ ਪਹਿਲੂ ਉੱਪਰ ਆਇਆ ਕਿ ਭਾਈ ਡੈਮਾਂ ਤੋਂ ਪਾਣੀ ਅਜੇ ਛੱਡਿਆ ਜਾ ਸਕਦਾ ਸੋ ਅਜੇ ਵੀ ਸचेत ਰਹਿਣ ਦੀ ਲੋੜ ਚਲੋ ਜੀ ਰਾਜਨੀਤਿਕ ਪਾਰਟੀਆਂ ਦੀ ਜ਼ਿਕਰ ਗੱਲ ਕਰੀਏ ਤਾਂ ਇਸ ਵਾਰ ਕਹਿੰਦੇ ਜੀ ਜਾਖੜ ਸਾਹਿਬ ਸਿੱਧੇ ਹੋਗੇ ਪਰ ਜਾਖੜ ਸਾਹਿਬ ਸਿੱਧੇ ਤਾਂ ਹੋਏ ਅਕਾਲੀ ਦਲ ਨੂੰ ਪਰ ਉਹ ਚ ਸੰਕੇਤ ਇਹ ਵੀ ਦੇ ਗਏ ਕਿ ਜੇ ਗੱਠਜੋੜ ਹੁੰਦਾ ਤਾਂ ਅਕਾਲੀ ਦਲ ਨੂੰ ਛੋਟਾ ਪਰਾ ਬਣ ਕੇ ਆਉਣਾ ਪਊਗਾ ਬਿਲਕੁਲ ਜੀ ਸੁਨੀਲ ਜਾਖੜ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਬਣੇ ਤੇ ਪ੍ਰਧਾਨ ਬਣ ਤੋਂ ਬਾਅਦ ਤਾਜਪੋਸ਼ੀ ਸਮਾਗਮ ਹੋਇਆ ਤਾਜਪੋਸ਼ੀ ਸਮਾਗਮ ਦੇ ਵਿੱਚ ਖਾਸਾ ਕੁ ਸੁਪਰ ਕੇ ਸਾਹਮਣੇ ਆਇਆ ਪਹਿਲਾਂ ਤਾਂ ਇਹ ਹੀ ਉੱਪਰ ਕੇ ਆ ਗਿਆ ਕੇ ਭਾਈ ਭਾਜਪਾ ਦੇ ਵਿੱਚ ਆਪਸ ਵਿੱਚ ਤਾਲ ਮਿਲ ਸਈ ਨਹੀਂ ਆ। ਭਾਜਪਾ ਦੀ ਆਪਣੀ ਅੰਦਰੋਂ ਇੱਕ ਸੁਰ ਨਹੀਂ ਆ। ਉਹਦੇ ਅੰਦਰ ਇੱਕ ਖਲਾਅ, ਇੱਕ ਰੋਸਾ, ਇੱਕ ਗੁੱਸਾ, ਇੱਕ ਫੁੱਟ ਹੈਗੀ ਆ ਜਨਾਬ। ਜਿਹੜੀ ਬੀਜੇਪੀ ਕਹਿੰਦੇ ਕਿ ਦਿੱਲੀ ਦੇ ਜਾਂ ਆਪਣੀ ਹਾਈ ਕਮਾਂਡ ਦੇ ਜਾਂ ਕੇਂਦਰ ਦੇ ਉਹਨਾਂ ਦੇ ਕਹਿਆਂ ਦੇ ਇਸ਼ਾਰੇ ਤੇ ਚਲਦੀ ਹੈ ਕੁਸਕ ਦੇ ਰਹੀ ਹੈ ਜੀਏ ਅੰਦਰ ਚਾਹੇ ਮਤਲਬ ਗੁੱਸੇ ਹੋਣ ਪਰ ਚਿਹਰੇ ਤੇ ਨਹੀਂ ਆਉਣ ਦਿੰਦੇ। ਉਹ ਸਾਰਾ ਕੁਝ ਨਜ਼ਰ ਆਇਆ ਪੰਜਾਬ ਦੀ ਭਾਜਪਾ ਚ ਅਜੇ ਤਾਂ ਕੁਝ ਜਿੱਤਿਆ ਨਹੀਂ। ਅਜੇ ਤੱਕ ਕੁਝ ਸੱਤਾ ਨਹੀਂ ਮਿਲੀ ਹੈ ਨਾ ਤੇ ਕੇਂਦਰੀ ਇਹਦੀ ਟੀਮ ਹੈ ਜਿਹੜੀ ਜਾਂ ਭਾਜਪਾ ਦੀ ਜਿਹੜੀ ਹਾਈ ਕਮਾਂਡ ਹੈ ਉਹਨੇ ਸਿੰਧ ਜੱਖਣ ਨੂੰ ਜਦੋਂ ਪ੍ਰਧਾਨ ਬਣਾਇਆ ਉਸੇ ਦਿਨੇ ਇਹ ਖਲਾਰੇ ਪੈਣਾ ਸ਼ੁਰੂ ਹੋ ਗਿਆ ਸੀ ਉਹ ਰੁਖ ਖਲਾਰੇ ਦਾ ਅਸਰ ਤਾਜਪੋਸ਼ੀ ਸਮਾਗਮ ਤੱਕ ਨਜ਼ਰ ਆਇਆ ਭਾਜਪਾਈ ਵਰਕਰ ਤੇ ਭਾਜਪਾਈ ਲੀਡਰ ਇੱਥੋਂ ਤੱਕ ਉਹ ਸਮਾਗਮ ਦੇ ਵਿੱਚ ਗੱਲਾਂ ਕਰਦੇ ਸੁਣੇ ਗਏ ਕਿ ਆਪਾਂ ਭਾਜਪਾ ਦੇ ਦਫ਼ਤਰ ਚ ਆਏ ਕਿ ਕਾਂਗਰਸ ਦੇ ਕਿਉਂਕਿ ਚਿਹਰੇ ਕਾਂਗਰਸੀ ਮੂਰੇ ਨਜ਼ਰ ਆ ਰਹੇ ਸੀ ਪ੍ਰਧਾਨ ਤੋਂ ਲੈ ਕੇ ਬਾਕੀ ਲੀਡਰਸ਼ਿਪ ਖਾਸ ਹੀ ਕਾਂਗਰਸੀ ਭਾਰੀ ਹੁੰਦੀ ਜਾ ਰਹੀ ਆ ਔਰ ਭਾਜਪਾ ਦੇ ਵਰਕਰ ਇਸੇ ਗੱਲ ਤੋਂ ਔਖੇ ਨੇ ਕਿ ਭਾਈ ਕਿਸਾਨ ਅੰਦੋਲਨ ਦੇ ਦੌਰਾਨ ਅਸੀਂ ਪੰਜਾਬ ਨਾਲ ਖੜਨ ਦੀ بجائے ਡੰਗਾ ਵੀ ਕਮਾਇਆ ਹੈਨਾ ਧਰੋ ਵੀ ਕਮਾਇਆ ਅਸੀਂ ਦਿੱਲੀ ਦੇ ਲੀਡਰਾਂ ਦੇ ਸਕੇ ਵੀ ਬਣੇ ਹੈ ਕੱਪੜੇ ਵੀ ਪੜਵਾਏ ਛੱਤਰ ਵੀ ਖਾਦੇ ਮਤਲਬ ਡਾਂਗਾ ਵੀ ਖਾਧੀਆਂ ਗਾਲਾਂ ਵੀ ਖਾਧੀਆਂ ਘਰਾਮੁਰੇ ਗੋਹਾ ਵੀ ਸਟਾਇਆ ਤੇ ਪ੍ਰਧਾਨਗੀ ਦਿੱਤੀ ਜੀ ਕਾਂਗਰਸ ਚੋਂ ਆਏ ਬੰਦੇ ਨੂੰ ਜਿਹੜੇ ਉਸ ਸਮੇਂ ਸਾਨੂੰ ਭੰਦੇ ਸੀ ਤੇ ਹੁਣ ਉਹਦਾ ਅਸਰ ਇਹ ਦਿਖਿਆ ਕਿ ਸਟੇਜ ਤੋਂ ਮਤਲਬ ਉਹ ਕੀ ਗੱਲ ਕਹਿ ਦਿੱਤੀ ਹਰਜੀਤ ਕਰਿਆਲ ਨੇ ਕਿ ਜੀ ਭਾਜਪਾ ਦੇ ਅੰਦਰ ਨਰਾਜ਼ਗੀ ਆ। ਸਾਡੇ ਅੰਦਰ ਨਰਾਜ਼ਗੀ ਆ। ਸੋਈ ਗੱਲ ਇੱਥੋਂ ਤੱਕ ਕਿ ਜਿਹੜੇ ਪ੍ਰਧਾਨ ਨੂੰ ਹਟਾਉਣ ਤੋਂ ਬਾਅਦ ਜਿਹੜੇ ਪ੍ਰਧਾਨ ਨੇ ਅਸਤੀਫਾ ਦਿੱਤਾ ਉਹ ਤੋਂ ਬਾਅਦ ਸੰਜਖਣ ਨੂੰ ਬਣਾਇਆ ਉਹ ਪ੍ਰਧਾਨ ਆਇਆ ਹੀ ਨਹੀਂ। ਅਸ਼wini ਸ਼ਰਮਾ ਦੀ ਗੈਰ ਹਾਜ਼ਰੀ ਹੁਣ ਚਾਏ ਜਿੰਨੇ ਮਰਜ਼ੀ ਪੱਖ ਆਈ ਜਾਣ ਸਾਹਮਣੇ ਸਪਾਈ ਆਈ ਜਾਵੇ ਪਹਿਲੂ ਆਈ ਜਾਵੇ ਪਰ ਇਹ ਗੱਲ ਹੁਣ ਭੁਲਾਈ ਨਹੀਂ ਜਾ ਸਕਦੀ ਕਿ ਉਹ ਕਹਿੰਦੇ ਜੀ ਕਿ శ్రీ ਲਜਖੜਨ ਨੂੰ ਜਦੋਂ ਤਾਜਪੋਸ਼ੀ ਕੀਤੀ ਗਈ ਤਾਂ ਉਸ ਸਮੇਂ ਅਸ਼wini ਸ਼ਰਮਾ ਨਹੀਂ ਹੈ। ਖੁਦ ਨਮਾਉ ਦਾ ਸੰਭਾਲਦੇ ਅਸੀਂ ਜਖੜ ਨੂੰ ਇਹ ਗੱਲ ਕਹਿਣੀ ਪਈ ਕਿ ਹਾਂ ਜੀ ਨਰਾਜ਼ਗੀ ਜਿਹੜੀ ਹੁੰਦੀ ਆ ਉਹ ਅੰਦਰ ਘਰੇਲੂ ਮਸਲਾ ਸਾਨੂੰ ਹੱਲ ਕਰਨਾ ਆਉਂਦਾ ਮੈਨੂੰ ਸਮਝਾਉਣੇ ਆਉਂਦੇ ਮੈਨੂੰ ਰੁੱਸੇ ਮਨਾਉਣੇ ਆਉਂਦੇ ਸੋ ਇਸ ਤੋਂ ਸਾਫ਼ ਹੈ ਕਿ ਪਾਜਪਾ ਦੇ ਅੰਦਰ ਫੁੱਟਾ ਫਸਲ ਜਖੜ ਨੇ ਇਹ ਵੀ ਕਿਹਾ ਕਿ ਜੀ ਅਕਾਲੀ ਦਲ ਏਅਰ ਭਲੇਖਾ ਨਾ ਰੱਖੇ ਕਿ ਅਸੀਂ ਉਹਨਾਂ ਦੇ ਸਹਾਰੇ ਆ ਅਸੀਂ ਪੂਰੇ ਦਮ ਤੇ ਲੜਾਂਗੇ ਸਾਰੀਆਂ ਸੀਟਾਂ ਲੜਾਂਗੇ ਹੈ ਚਾਹੇ ਉਹ 224 ਵਾਲੀਆਂ ਹੋਣ ਜਾਂ 227 ਵਾਲੀਆਂ ਦਾ ਮਤਲਬ ਕਿ ਕਿ ਉਹ ਸਮਝੌਤਾ ਨਹੀਂ ਕਰਨਾ ਚਾਹੁੰਦੇ ਪਰ ਉਹਨਾਂ ਦੀ ਗੱਲ ਤੇ ਗੌਰ ਕਰੋ ਉਹਨਾਂ ਨੇ ਇਹ ਵੀ ਕਿਹਾ ਕਿ ਹੁਣ ਭਾਜਪਾ ਛੋਟੇ ਭਰਾ ਦੀ ਭੂਮਿਕਾ 'ਚ ਨਹੀਂ ਰਹੇਗੀ ਇਹਦਾ ਕੀ ਭਾਵ ਕਿ ਭਾਜਪਾ ਛੋਟਾ ਭਰਾ ਨਹੀਂ ਮਤਲਬ ਬਰਾਬਰ ਦੀ ਸਮਝੌਤਾ ਹੋਊਗਾ ਜਾਂ ਅਸੀਂ ਬੜੇ ਭਰਾ ਚ ਹੋਵਾਂਗੇ ਓਕੇ 8-5 ਦੀ ਗੱਲ ਵੀ ਚੱਲਦੀ ਆ 7-6 ਦੀ ਗੱਲ ਵੀ ਚੱਲਦੀ ਆ ਕਈਆਂ ਨੂੰ ਲੱਗਦਾ ਕਿ 8-5 ਅਕਾਲੀ ਦਲ ਵਾਲੇ ਪਾਸਿਓਂ ਕਿ 8 ਸਾਨੂੰ 5 ਤੁਹਾਨੂੰ ਪਰ ਕਹਿੰਦੇ ਕਿ ਇਧਰ ਇਹ ਕਹਿੰਦੇ ਕਿ 7-6 ਵੀ ਹੋ ਸਕਦਾ 7 ਸਾਨੂੰ 6 ਤੁਹਾਨੂੰ ਸੋ ਇਸ ਲਈ ਭਾਜਪਾ ਨੇ ਜਾਂ ਜਾਖੜ ਸੁਨੀਲ ਜਾਖੜ ਹੋਰ ਨੇ ਇਸ਼ਾਰਾ ਕਰ ਦਿੱਤਾ ਕਿ ਅਕਾਲੀ ਦਰਨਾ ਗੱਠ ਜੋੜਤਾ ਹੋ ਸਕਦਾ ਪਰ ਉਹ ਹੁਣ ਬਰਾਬਰੀ ਤੇ ਆ ਕੇ ਹੋਊਗਾ ਜਾਂ ਛੋਟੇ ਪ੍ਰਾਪਜ ਹੋਊਗਾ ਤੇ ਉਹਨਾਂ ਨੇ ਇਸੇ ਨੁਕਤੇ ਦੇ ਹਵਾਲੇ ਨਾਲ ਭਾਜਪਾਈ ਵਰਕਰਾਂ ਨੂੰ ਵੀ ਜਾਂ ਲੀਡਰਸ਼ਿਪ ਨੂੰ ਵੀ ਪੰਜਾਬ ਦੀ ਨੂੰ ਬੀਜੇਪੀ ਦੀ ਨੂੰ ਇਸ਼ਾਰਾ ਕੀਤਾ ਕਿ ਭਾਈ ਮੇਰੀ ਸਿੱਧੀ ਚੱਲਦੀ ਹੈ ਹਾਈ ਕਮਾਂਡ ਨਾਲ ਮੈਨੂੰ ਅਗਲਾ ਨੇ ਸਾਰੀ ਤਾਕਤ ਦਿੱਤੀ ਸੋ ਸੁਨੀਲ ਜਾਖੜ ਦੀ ਆਮਦ ਕਾਂਗਰਸੀਆਂ ਦਾ ਪਾਰੂ ਹੋਣਾ ਪੰਜਾਬ ਦੀ ਬੀਜੇਪੀ ਜੀ ਦੇ ਕੋਲ ਅਜੇ ਕੋਈ ਹਾਂ ਮਤਲਬ ਪੈਰ ਲੱਗਦੇ ਵੀ ਅਜੇ ਵੀ ਨਜ਼ਰ ਨਹੀਂ ਆਉਂਦੇ ਪਤਾ ਨਹੀਂ ਜਿਹੜਿਆਂ ਨੂੰ ਕਾਂਗਰਸੀਆਂ ਲਿਆਉਂਦਾ ਉਹਨਾਂ ਦਾ ਕੋਈ ਵੋਟ ਬੈਂਕ ਆਉਣਾ ਜਾਂ ਨਹੀਂ ਆਉਣਾ ਜਿਹੜਾ ਭਾਜਪਾ ਦਾ ਹੈਗਾ ਕਿਤੇ ਉਹ ਵੀ ਨਰਾਜ ਨਰਾਸ਼ ਹੋ ਕੇ ਘਰੇ ਨਾ ਵਜ ਜਵੇ ਇਸ ਲਈ ਪਤਾ ਨਹੀਂ ਕੁਝ ਪੱਲੇ ਪਹਿਣਾ ਕਿ ਨਹੀਂ ਪਹਿਣਾ ਪਰ ਫੁੱਟ ਹਾਂ ਪੀੜ ਤੇ ਬੰਡ ਬਣਈਆ ਸ਼ੁਰੂ ਹੋ ਗਿਆ ਜੀ ਇਸ ਘਰ ਦੇ ਵਿੱਚ ਵੀ ਤੇ ਇਸ ਲਈ ਬੀਜੇਪੀ ਲਈ ਵੀ ਨਵੀਂ ਚਣੌਤੀ ਖੜੀ ਹੋਈ ਜਾ ਰਹੀ ਹੈ ਤੇ ਉਧਰ ਅਕਾਲੀ ਦਲ ਵਾਲੇ ਕਹਿੰਦੇ ਕਾਲੇ ਇੰਨੇ ਨੇ ਕਿ ਕਿਸੇ ਤਰ੍ਹਾਂ ਕੇਂਦਰ ਸਰਕਾਰ ਨਾਲ رابطہ ਪਾਇਆ ਜਾਵੇ ਤਾਂ ਕਿ ਪੰਜਾਬ ਦੀ ਜਿਹੜੀ ਵਿਜੀਲੈਂਸ ਤੰਗ ਕਰਦੀ ਉਹ ਤੋਂ ਛੁਟਕਾਰਾ ਮਿਲ ਜੇ। ਸੋ ਦੇਖਦੇ ਹਾਂ ਜੀ ਕਿਦੰਨ ਹੋ ਜਾਂਦਾ ਪਰਸਨ ਜਾਕੜ ਨੇ ਕੋਈ ਇਸ਼ਾਰੇ ਕੀਤੇ ਨੇ। ਉਹ ਇਸ਼ਾਰਾ ਇਹੀ ਸੰਕੇਤ ਕਰਦਾ ਹੈ ਕਿ ਅਕਾਲੀ ਦਰਸ਼ਨ ਸਮਝੌਤਾ ਦਾ ਕਰ ਸਕਦੇ ਆ ਪਰ ਹੁਣ ਅਸੀਂ ਛੋਟੇ ਬਰਾ ਨਹੀਂ ਹੋਵਾਂਗੇ। ਸੋ ਜਾਂ ਬਰਾਬਰ ਦਾ ਸਮਝੌਤਾ ਹੋਊਗਾ ਜਾਂ ਅਸੀਂ ਬੜੇ ਪ੍ਰਾਵਣਾਂਗੇ। ਚਲੋ ਇਹ ਸਮਾਂ ਦੱਸੂਗਾ ਜੀ। ਪਰ ਇਹ ਸਭ ਦੇ ਦਰਮਿਆਨ ਆਮ ਆਦਮੀ ਪਾਰਟੀ ਨੇ ਚੰਡੀਗੜ੍ਹ ਚ ਦਫ਼ਤਰ ਮੰਗਿਆ। ਠੀਕ ਹੈ ਜੀ। ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ। ਇੱਥੇ ਪੰਜਾਬ ਦੀਆਂ ਪਾਰਟੀਆਂ ਦਾ ਜਾਂ ਨੈਸ਼ਨਲ ਪਾਰਟੀਆਂ ਦੇ ਦਫ਼ਤਰ ਹੈਗੇ ਨੇ ਜੀ ਜਿਵੇਂ ਪੰਜਾਬ ਚ ਬੀਜੇਪੀ ਹੈ ਉਹ ਉਸ ਪਾਰਟੀ ਦਾ ਵੀ ਦਫ਼ਤਰ ਹੈਗਾ ਚੰਡੀਗੜ੍ਹ ਦੇ ਵਿੱਚ ਉਹਨਾਂ ਦਾ ਚੰਡੀਗੜ੍ਹ ਵਾਲਾ ਦਫ਼ਤਰ ਅੱਡ ਹੈ ਹੈ ਤੇ ਪੰਜਾਬ ਵਾਲਾ ਦਫ਼ਤਰ ਅੱਡ ਹੈ ਇਸੇ ਤਰ੍ਹਾਂ ਅਕਾਲੀ ਦਲ ਹੈ ਜੀ ਅਕਾਲੀ ਦਲ ਨੂੰ ਚਾਹੇ ਲੰਬੇ ਸਮੇਂ ਬਾਅਦ ਦਫ਼ਤਰ ਲਈ ਥਾਂ ਮਿਲੀ ਸੀ ਪਹਿਲਾਂ ਕਲੰਗੀ ਤਰਨਵਾਸ ਤੋਂ ਹੀ ਚਲਾਉਣਾ ਪੈਂਦਾ ਸੀ ਹੁਣ ਉਹਨਾਂ ਕੋਲ ਆਪਣਾ ਦਫ਼ਤਰ ਹੈਗਾ ਚੰਡੀਗੜ੍ਹ ਚ ਇਸੇ ਤਰ੍ਹਾਂ ਕਾਂਗਰਸ ਕੋਲ ਚੰਡੀਗੜ੍ਹ ਤੇ ਪੰਜਾਬ ਕਾਂਗਰਸ ਦਾ ਦਫ਼ਤਰ ਵੀ ਹੈਗਾ ਤੇ ਨਾ ਕੋਲ ਚੰਡੀਗੜ੍ਹ ਦਾ ਦੋ ਤਰੀਕਾ ਤੇ ਉਸ ਨਾਤੇ ਆਮ ਆਦਮੀ ਪਾਰਟੀ ਕਹਿੰਦੀ ਜੀ ਇਹਨਾਂ ਸਾਰਿਆਂ ਨੂੰ ਮਿਲ ਸਕਦਾ ਅਸੀਂ ਰਾਸ਼ਟਰੀ ਪਾਰਟੀ ਵੀ ਹਾਂ ਸਾਡੀ ਦਿੱਲੀ ਚ ਵੀ ਸਰਕਾਰ ਹੈ ਸਾਡੇ ਗੁਜਰਾਤ ਤੇ ਗੋਆ ਚ ਵੀ ਐਮ.ਐਲ.ਏ ਹੈਗੇ ਤੇ ਪੰਜਾਬ ਚ ਸਾਡੇ ਕੋਲ 92 ਐਮ.ਐਲ.ਏ ਨਾਲ ਸਰਕਾਰ ਹੈ ਇੱਕ ਸਾਡਾ ਮੈਂਬਰ ਪਾਰਲੀਮੈਂਟ ਵੀ ਹੈਗਾ ਸਾਰੇ ਦੇ ਸਾਰੇ ਰਾਜ ਸਭਾ ਮੈਂਬਰ ਵੀ ਹੈਗੇ ਤੇ ਸਾਨੂੰ ਰਾਸ਼ਟਰੀ ਪਾਰਟੀ ਦਾ ਦਰਜਾ ਮਿਲਣ ਤੋਂ ਬਾਅਦ ਸਾਨੂੰ ਆਪਣਾ ਚੋਣ ਨਿਸ਼ਾਨ ਵੀ ਮਿਲਿਆ ਹੋਇਆ ਝਾੜੂ ਸਾਡਾ ਸੰਪੂਰਨ ਚੋਣ ਨਿਸ਼ਾਨਾ ਸਾਡਾ ਹਰਥਾਂ ਸਾਨੂੰ ਉਹੀ ਪੱਕਾ ਨਿਸ਼ਾਨ ਲਾਟ ਹੈ ਇਸ ਨਾਤੇ ਪੰਜਾਬ ਦੀ ਸਰਕਾਰ ਹੈ ਹੈ ਜਾਂ ਸਾਡੀ ਚੰਡੀਗੜ੍ਹ ਦੇ ਵਿੱਚ 13 ਦੇ ਕਰੀਬ ਐਮ.ਸੀ ਨੇ ਸੋ ਇਹ ਨਾਤੇ ਸਾਡਾ ਹੱਕ ਬਣਦਾ ਜੀ ਕਿ ਸਾਨੂੰ ਚੰਡੀਗੜ੍ਹ ਚ ਦਫ਼ਤਰ ਲਈ ਭਲਾੜ ਦਿੱਤਾ ਜਾਵੇ ਠੀਕ ਹੈ ਜੀ ਜੇ ਬਾਕੀ ਪਾਰਟੀਆਂ ਨੂੰ ਹੈਗਾ ਤਾਂ ਇਹਨਾਂ ਨੂੰ ਵੀ ਪਰ ਸਵਾਲ ਹੈ ਜਨਾਬ ਕਿ ਤੁਸੀਂ ਪਾਰਟੀ ਲਈ ਦਫਤਰ ਮੰਗਿਆ ਦਫਤਰ ਲਈ ਥਾਂ ਮੰਗੀ ਪਾਰਟੀ ਦਫਤਰ ਦੇ ਲਈ ਪਲਾਟ ਮੰਗਿਆ ਉਹਨਾਂ ਨੂੰ ਚੰਡੀਗੜ੍ਹ ਕਿਉਂ ਨਹੀਂ ਮੰਗਿਆ ਇਹ ਪਹਿਲੀਆਂ ਸਰਕਾਰਾਂ ਨੇ ਪਹਿਲੀਆਂ ਪਾਰਟੀਆਂ ਨੇ ਇਸ ਮਸਲੇ ਤੇ ਚੁੱਪਵੱਟੀ ਰੱਖੀ ਰਾਜਨੀਤੀ ਤਾਂ ਕੀਤੀ ਚੰਡੀਗੜ੍ਹ ਦੇ ਨਾਂ ਤੇ ਅਕਾਲੀ ਦਲ ਨੇ ਖੂਬ ਰਾਜਨੀਤੀ ਕੀਤੀ ਹੈ ਕਾਂਗਰਸੀ ਵੀ ਇਸ ਮਸਲੇ ਦੇ ਉੱਤੇ ਦਮ ਭਰਦੇ ਆਏ ਰਹੇ ਨੇ ਤੇ ਪਿਛਲੇ ਦਿਨਾਂ ਚ ਇਹ ਵੀ ਚਰਚਾ ਚੱਲੀ ਜਾਂਦੀ ਰਹੀ ਕਿ ਕੈਪਟਨ ਅਮਰਿੰਦਰ ਭਾਜਪਾ ਚੱਲ ਗਏ ਜੀ ਹੁਣ ਇਹਨਾਂ ਦੇ ਕਹੇ ਤੇ ਭਾਜਪਾ ਚੰਡੀਗੜ੍ਹ ਪੰਜਾਬ ਨੂੰ ਦੇ ਦੂਗੀ ਜੀ ਇਹ ਸੇਹਰਾ ਬੰਨਣਗੇ ਜੀ ਬਰਿੰਦਰ ਸਰ ਤੇ ਇਹ ਵੀ ਚਰਚਾਾਂ ਵਿੱਚ ਚੱਲੀਆਂ ਤੇ ਜੇ ਉਹਨਾਂ ਨੇ ਪਹਿਲੀਆਂ ਪਾਰਟੀਆਂ ਨੇ ਪਹਿਲੀਆਂ ਸਰਕਾਰਾਂ ਨੇ ਸਹੀ ਭੂਮਿਕਾ ਨਹੀਂ ਨਿਭਾਈ ਤਾਂ ਇਹ ਤਾਂ ਬਦਲਾਅ ਲਈ ਆਈ ਸੀ ਸੋ ਭਗਵੰਤ ਮਾਨ ਹੁਰਾਂ ਦਾ ਸਰਕਾਰ ਦਾ ਇਹਨਾਂ ਦੇ ਲੀਡਰਾਂ ਦਾ ਹੋਰ ਰੁਤਬਾ ਵੱਡਾ ਹੁੰਦਾ ਜੇਕਰ ਇਹ ਚੰਡੀਗੜ੍ਹ ਮੰਗਦੇ ਨਾ ਕਿ ਚੰਡੀਗੜ੍ਹ ਚ ਪਲਾਟ ਮੰਗਦੇ ਮੁੱਦਾ ਉਸ ਸਮੇਂ ਵੀ ਬਣਿਆ ਸੀ ਜਦੋਂ ਵਿਧਾਨ ਸਭਾ ਦਾ ਪਹਿਲੂ ਆਇਆ ਸੀਗਾ ਕਿ ਹਰਿਆਣਾ ਦੇ ਕਹਿੰਦੇ ਸਾਨੂੰ ਵੱਖਰੀ ਵਿਧਾਨ ਸਭਾ ਦੀ ਚੰਡੀਗੜ੍ਹ ਸਥਾਨ ਚਾਹੀਦੀ ਹੈ ਤਾਂ ਇੱਧਰ ਕਹਿੰਦੇ ਸਾਡੇ ਵਾਲੇ ਵੀ ਕਹਿੰਦੇ ਜੀ ਸਾਨੂੰ ਵੀ ਵੱਖਰੀ ਦੇ ਦਿਓ ਕਿ ਭਾਈ ਸਾਡੇ ਕੋਲ ਤਾਂ ਵਿਧਾਨ ਸਭਾ ਵੀ ਹੈਗੀ ਸਿਕੱਤਰਤ ਵੀ ਹੈਗਾ ਉਹ ਸਾਡਾ ਹੀ ਆ ਪੂਰਾ ਤੁਸੀਂ ਕਹੋ ਕਿ ਚੰਡੀਗੜ੍ਹ ਸਾਨੂੰ ਦੇ ਦੇਓ ਇਹਨਾਂ ਨੂੰ ਵੱਖਰੀ ਰਾਜਤਾਨੀ ਦੋ ਇਹਨਾਂ ਨੂੰ ਵੱਖਰੇ ਇਹਨਾਂ ਦੇ ਹਰਿਆਣੇ ਦੇ ਵਿੱਚ ਇਹਨਾਂ ਦੇ ਦਫ਼ਤਰ ਬਣਾਓ ਸੋ ਉਹ ਇਸ ਨਾਤੇ ਹਰਿਆਣੇ ਦਾ ਹੱਕ ਬਣਦਾ ਕਿ ਉਹ ਆਪਣਾ ਵੱਖਰੀ ਰਾਜਤਾਨੀ ਖੜੀ ਕਰੇ ਪਰ ਚੰਡੀਗੜ੍ਹ ਤਾਂ ਪੰਜਾਬ ਦਾ ਹੈ ਪੰਜਾਬ ਦੇ ਪਿੰਡੂ ਜਾੜ ਕੇ ਪੰਜਾਬ ਦੀ ਰਾਜਤਾਨੀ ਬਣਾਉਣ ਲਈ ਉਸਾਰਿਆ ਗਿਆ ਸੋ ਉਸ ਦੀ ਮੰਗ ਤੇ ਸਰਕਾਰਾਂ ਕਿਉਂ ਨਹੀਂ ਆਉਂਦੀਆਂ ਇਹ ਚਰਚਾ ਖੂਬ ਚੱਲ ਰਹੀ ਹੈ ਚਲੋ ਜੀ ਰਾਜਨੀਤੀ ਹੈ ਜਿੱਧਰ ਨੂੰ ਜਾਊਗੀ ਜਿੱਧਰ ਨੂੰ ਚੱਲੂਗੀ ਉਦੋਂ ਪਰ ਨਜ਼ਰ ਵੀ ਰੱਖਾਂਗੇ ਤੁਸੀਂ ਵੇਖਦੇ ਹੋ ਲਿਬਰਲ ਟੀਵੀ ਲੋਕਾਂ ਦੀ ਆਵਾਜ਼ ਲੋਕਾਂ ਲਈ